ਗੁੱਗਾ ਪੀਰ ਵੈਲਫੇਅਰ ਸੁਸਾਇਟੀ ਚੌਂਕ ਅੱਡਾ ਹੁਸ਼ਿਆਰਪੁਰ ਫਾਟਕ ਜਲੰਧਰ ਕੀ ਔਰ ਸੇ 14ਵੀਂ ਜ਼ਰੂਰਤਮੰਦ ਗਰੀਬ ਲੜਕੀਓਂ ਕੇ ਸਮੂਹਿਕ ਵਿਵਾਹ ਸਮਾਰੋਹ ਕਾ ਆਯੋਜਨ ਅੱਡਾ ਹੁਸ਼ਿਆਰਪੁਰ ਫਾਟਕ ਕੇ ਨਜ਼ਦੀਕ ਕੀਆ ਗਿਆ, ਜਿਸਮੇਂ ਸੁਸਾਇਟੀ ਕੀ ਤਰਫ ਸੇ 11 ਜ਼ਰੂਰਤਮੰਦ ਲੜਕੀਓਂ ਕੇ ਵਿਵਾਹ ਕਰਵਾਈ ਗਈ। ਇਸ ਅਵਸਰ ਪਰ ਦੈਨਿਕ ਸਵੇਰਾ ਕੇ ਮੁੱਖ ਸੰਪਾਦਕ ਸ਼ੀਤਲ ਵਿੱਚ ਵਿਧਾਇਕ ਬਾਬਾ ਹੈਨਰੀ, ਪੂਰਵ CPS KD ਭੰਡਾਰੀ, ਪੂਰਵ ਵਿਧਾਇਕ ਰਜਿੰਦਰ ਬੇਰੀ, ਸਮਾਲ ਸਕੇਲ ਇੰਡਸਟਰੀ ਕੇ ਵਾਈਸ ਚੇਅਰਮੈਨ ਦਿਨੇਸ਼ ਢਲ, ਆਪ ਨੇਤਾ ਅਮਿਤ ਢਲ, ਸਮਾਜ ਸੇਵਿਕਾ ਜੋਤੀ ਚੱਡਾ, ਪਿਊਸ਼ ਚੱਡਾ ਨੇ ਵਿਸ਼ੇਸ਼ ਰੂਪ ਸੇ ਉਪਸਥਿਤ ਹੋਕਰ ਨਵ ਵਿਵਾਹਿਤ ਜੋੜੋਂ ਕੋ ਆਸ਼ੀਰਵਾਦ ਦਿਆ। ਇਸ ਮੌਕੇ ਪਰ ਗੁਰਦੁਆਰਾ ਦੁਆਬਾ ਸਿੰਘ ਸਭਾ ਕੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਸਮਾਜ ਸੇਵਕ ਸੰਦੀਪ ਲੱਕੀ, ਸਾਰਥਕ ਸ਼ਰਮਾ, ਪਵਨ ਭੱਲਾ, ਪ੍ਰਧਾਨ ਪ੍ਰਦਿਉਮਨ ਸਿੰਘ, ਕੋਸ਼ਾਧਿਅਕਸ਼ ਰਾਜੇਸ਼ ਕੋਹਲੀ, ਮਧੁਕਰ ਸ਼ਰਮਾ, ਸਤੀਸ਼ ਗੁਪਤਾ, ਅਨਿਲ ਸ਼ੁਕਲਾ, ਪ੍ਰਧਾਨ ਰਜਿੰਦਰ ਪਾਲ ਵਰਮਾ, ਮਹਾਂਸਚਿਵ ਮੱਖਣ ਸਿੰਘ ਸਹਿਤ ਸ਼ਹਿਰ ਕੇ ਰਾਜਨੀਤਿਕ, ਧਾਰਮਿਕ ਤਥਾ ਸਮਾਜਿਕ ਵਰਗ ਸੇ ਜੁੜੇ ਲੋਕਾਂ ਨੂੰ ਪਹੁੰਚ ਕਰ ਨਵ ਵਿਵਾਹਿਤੋਂ ਕੋ ਆਸ਼ੀਰਵਾਦ ਦਿਆ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ਼੍ਰੀ ਸ਼ੀਤਲ ਬਾਜੀ ਵੀ ਸਾਡੇ ਕੋਲ ਪੁੱਜੇ ਹਨ। ਅਸੀਂ ਸੁਸਾਇਟੀ ਵੱਲੋਂ ਸ਼ੀਤਲ ਬਾਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜੇ ਜੋੜੇ ਪਿੱਛੇ ਰਹਿ ਗਏ ਹਨ ਉਹ ਜਲਦੀ ਆ ਜਾਣ ਤਾਂ ਕਿ ਅਸੀਂ ਅਗਲਾ ਪ੍ਰੋਗਰਾਮ ਵੀ ਸਾਰਾ ਇੱਕ ਨਿਬੇੜ ਸਕੀਏ। ਉਹ ਤੁਹਾਨੂੰ ਪਤਾ ਹੈ ਵੀ ਮੌਸਮ ਵੀ ਖਰਾਬ ਹੋ ਸਕਦਾ ਕਿਸੇ ਵਕਤ, ਤੇ ਜਿਹੜੇ ਬਾਕੀ ਤਿੰਨ ਜੋੜੇ ਰਹਿੰਦੇ ਹਨ ਉਹ ਵੀ ਜਲਦੀ ਸਟੇਜ ਦੀ ਆਉਂਦੀ ਕਿਰਪਾਲ ਤੋਂ ਕਰਾਂ। ਇਸ ਤੋਂ ਬਾਅਦ ਬੱਚੀਆਂ ਨੂੰ ਆਸ਼ੀਰਵਾਦ ਦੇਣਗੇ ਸ੍ਰੀ ਸ਼ੀਤਲ ਮੇਜ ਜੀ। ਸਾਰਿਆਂ ਨੂੰ ਈਸ਼ਾ ਜੀ ਨੂੰ ਜਿਹੜੇ ਨਿਸ਼ਪਕਸ਼ ਸੇਵਾ ਕਰਦੇ ਨੇ ਇਸ ਇਲਾਕੇ ਦੀ, ਔਰ ਮੱਖਣ ਸਿੰਘ ਜੀ ਸਾਡੇ
ਬਹੁਤ ਹੀ ਪਿਆਰੇ ਛੋਟੇ ਭਰਾ ਵਾਲੇ ਸ਼ਰਟ ਕੰਪਨੀ ਵਾਲੇ ਸਾਡੇ ਹੈਪੀ ਬ੍ਰਦਰਸ ਵਿੱਕੀ ਜੀ ਔਰ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਜਿੰਨੇ ਵੀ ਸਾਥੀ ਅੱਜ ਜਿਹੜਾ ਪਿੰਡ ਦਾ ਕੰਮ ਕਰ ਰਹੇ ਨੇ, ਵੀ ਬੱਚਿਆਂ ਦੀ ਸ਼ਾਦੀਆਂ ਦਾ ਪੂਰਾ ਇੰਤਜ਼ਾਮ ਸਾਜੋ ਸਮਾਨ ਦੇ ਨਾਲ ਮਿਹਨਤ ਨਾਲ ਇਹ ਸਾਰੀ ਟੀਮ ਦਿਨ ਰਾਤ ਇੱਕ ਕਰਕੇ ਇਸ ਇੰਨੇ ਵੱਡੇ ਆਯੋਜਨ ਨੂੰ ਕਰ ਪਾਉਂਦੇ ਨੇ, ਕਿਉਂਕਿ ਇਹਦੇ ਪਿੱਛੇ ਅਸੀਂ ਲੋਕ ਤਾਂ ਆਯੋਜਨ 'ਤੇ ਆ ਕੇ ਦੇਖਦੇ ਹਾਂ ਪਰ ਇਹਦੇ ਪਿੱਛੇ ਜਿਹੜਾ ਹੱਥ ਹੈ ਸਾਰੀ ਟੀਮ ਦਾ ਹੈਪੀ ਬ੍ਰਦਰ ਸਾਡੇ ਭਰਾ ਦੋਨੋਂ ਮੱਖਣ ਸਿੰਘ ਜੀ, ਦੀਸ਼ਾ ਜੀ ਔਰ ਉਹਨਾਂ ਦੇ ਸਾਰੇ ਸਾਥੀ, ਉਹਨਾਂ ਨੂੰ ਬਹੁਤ ਵਧਾਈ ਦਿੰਦਾ ਔਰ ਮਹਾਰਾਜ ਅੱਗੇ ਅਰਦਾਸ ਕਰਦਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਗਲੇ ਸਾਲ 21 ਜੋੜਿਆਂ ਦਾ ਅਸੀਂ ਕਰਾਂਗੇ ਉਹਨਾਂ ਦੀ ਸ਼ਾਦੀ ਦਾ ਪੂਰਾ ਇੰਤਜ਼ਾਮ ਕਰਾਂਗੇ, ਤਾਂ ਮਹਾਰਾਜ ਅੱਗੇ ਅਰਦਾਸ ਕਰਦਾ ਇਹਨਾਂ ਨੂੰ ਸ਼ਕਤੀ ਦੇ। ਅੱਜ 14ਵਾਂ ਪ੍ਰੋਗਰਾਮ ਜਿਹੜਾ ਇਹਨਾਂ ਦਾ ਚੱਲ ਰਿਹਾ ਇਸੇ ਤਰ੍ਹਾਂ 15 ਚੀਕੀਆਂ ਸ਼ਾਦੀ ਦਾ ਇੱਕ ਬਹੁਤ ਵੱਡਾ ਬੁਰਾਲਾ ਹੋਵੇਗਾ। ਮੈਂ ਪਰਮਾਤਮਾ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਸ਼ਕਤੀ ਦੇਣਾ, ਉਹਨਾਂ ਨੂੰ ਚੜ੍ਹਦੀ ਕਲਾ ਰੱਖਣਾ, ਇਹਨਾਂ ਦੇ ਪਰਿਵਾਰਾਂ ਨੂੰ ਵੀ ਚੜ੍ਹਦੀ ਕਲਾ ਰੱਖਣਾ, ਇਹਨਾਂ ਦੇ ਸਿਰ 'ਤੇ ਮਿਹਰ ਬਣੇ ਹੱਥ ਰੱਖੋ। ਜੈ ਮਾਤਾ ਦੀ, ਜੈ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਂਦੇ ਹਾਂ। ਇਹ ਸਾਡਾ 14ਵਾਂ ਪ੍ਰੋਗਰਾਮ ਹੈ। ਪਹਿਲਾਂ 13 ਸਾਲਾਂ 'ਚ 124 ਲੜਕੀਆਂ ਦੇ ਅਸੀਂ ਵਿਆਹ ਕਰਵਾਏ ਹਨ। ਅੱਜ ਵੀ ਇੱਥੇ 11 ਜੋੜਿਆਂ ਦੇ ਅਸੀਂ ਵਿਆਹ ਕਰਵਾਉਣੇ ਹਨ ਔਰ ਜਿੰਨਾ ਆਸ਼ੀਰਵਾਦ ਸਾਡੀ ਸੁਸਾਇਟੀ ਨੂੰ ਸ਼੍ਰੀ ਸੀਤਲ ਵਿੱਚ ਬਹੁਤ ਜੀ ਵੱਲੋਂ ਮਿਲਦਾ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਹ ਅੱਜ ਵੀ ਇਹ ਉਚੇਚੇ ਤੌਰ 'ਤੇ ਇਸ ਬੱਚਿਆਂ ਨੂੰ ਆਸ਼ੀਰਵਾਦ ਦੇਣ ਆਏ ਹਨ। ਸੁਸਾਇਟੀ ਵੱਲੋਂ ਤਹਿ ਦਿਲੋਂ ਧੰਨਵਾਦ ਅਤੇ ਜੀ ਆਇਆਂ। ਅੱਜ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਹੋਰ ਜਿਹੜੇ ਹਰ ਸਾਲ ਸਮੂਹਿਕ ਵਿਆਹ ਹੁੰਦੇ ਆ ਆਯੋਜਨ ਇੱਥੇ ਕੀਤਾ ਗਿਆ ਵਾ। ਮੈਂ ਪ੍ਰਧਾਨ ਸਾਹਿਬ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਵਧਾਈ ਦਿੰਦਾ ਵਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਵਿਆਹ ਕਰਵਾਉਂਦੇ ਆ ਔਰ ਉਹਨਾਂ ਨੂੰ ਪੂਰਾ ਦਹੇਜ ਦਾ ਸਮਾਨ ਵੀ ਪ੍ਰੋਵਾਈਡ ਕਰਦੇ ਆ। ਇਹ ਟੀਮ ਬਹੁਤ ਹੀ ਨੇਕ ਇਮਾਨਦਾਰ ਲੋਕਾਂ ਦੀ ਟੀਮ ਹੈ ਜਿਹੜੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹ ਬੱਚੀਆਂ ਦੇ ਵਿਆਹ ਕਰਦੇ ਆ। ਅੱਜ ਦੇ ਸਮੇਂ ਦੇ ਵਿੱਚ ਕੰਨਿਆਂ ਦਾ ਜਨਮ ਹੋਣਾ ਕਿਸੇ ਗਰੀਬ ਘਰ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੁੰਦੀ ਹੈ, ਲੇਕਿਨ ਇਹ ਜਿਹੜੀ ਟੀਮ ਹੈ ਸਾਡੀ, ਇਹ ਸੁਸਾਇਟੀ ਹੈ, ਇਹਨਾਂ ਦੇ ਮਨ ਦੇ ਵਿੱਚ ਲੋਕਾਂ ਦੇ ਪ੍ਰਤੀ ਬੜੇ ਭਾਵਨਾ ਹੈ ਔਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਮਿਸ਼ਨ ਲੈ ਕੇ ਇਹ ਟੀਮ ਕੰਮ ਕਰ ਰਹੀ ਹੈ। ਮੈਂ ਦੀਸ਼ਾ ਪ੍ਰਧਾਨ ਜੀ ਨੂੰ, ਇਹਨਾਂ ਦੀ ਪੂਰੀ ਟੀਮ ਨੂੰ, ਹੈਪੀ ਜੀ ਨੂੰ, ਬਿੱਟੂ ਜੀ ਨੂੰ, ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਮਹਾਮਾਈ ਅੱਗੇ ਅਰਦਾਸ ਕਰੂੰਗਾ ਕਿ ਟੀਮ ਇਸੇ ਤਰੀਕੇ ਨਾਲ ਧਰਮ ਔਰ ਸਮਾਜ ਦੀ ਸੇਵਾ ਕਰਦੀ ਰਹੇ, ਸਾਡੇ ਪੰਜਾਬ ਦਾ ਹੋਰ ਨਾਂ ਵਧੀਆ, ਸਾਡੇ ਸ਼ਹਿਰ ਦਾ ਨਾਂ ਇਹ ਟੀਮ ਬੁਲੰਦੀਆਂ 'ਤੇ ਪਹੁੰਚਾਵੇ, ਐਸੀ ਮਹਾਮਾਈ ਕੇ ਮੈਂ ਪ੍ਰਾਰਥਨਾ ਕਰਦਾ। ਮੈਂ ਇੱਕ ਵਾਰੀ ਫਿਰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਔਰ ਜਿਹਨਾਂ ਬੱਚੀਆਂ ਦਾ ਅੱਜ ਵਿਆਹ ਹੋ ਰਹੇ ਆ ਉਹਨਾਂ ਦਾ ਜੀਵਨ ਚੰਗਾ ਆਪਣੇ ਪਰਿਵਾਰ ਦੇ ਵਿੱਚ ਰਹੇ, ਐਸੀ ਈਸ਼ਵਰ ਅੱਗੇ ਮੈਂ ਪ੍ਰਾਰਥਨਾ ਕਰਦਾ। ਫਿਰ ਰਾਮ ਪਿਆਰੀ ਜੀ ਵੱਲੋਂ ਵੀ ਸਾਡੀ ਬੜੀ ਵੱਡੀ ਮਾਇਆ ਸਾਡੀ ਸਾਰੀ ਟੀਮ ਨੇ, ਪ੍ਰਧਾਨ ਸਾਹਿਬ ਪ੍ਰਤੁਮਨ ਜੀ, ਸਾਡੀ ਰਾਜੂ ਜੀ, ਸਾਰੀ ਟੀਮ ਨੇ ਦਿੱਤੀ ਹੈ, ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਲ 21 ਜੁੜੀ